ਰਹਿਮਾਨ ਰਹੀਮ ਅਸਲਾਮੁ ਅਲੈਕੁਮ ਕੀ ਹਾਲ ਚਾਲ ਹੈ ਤਮਾਮ ਭੈਣ ਭਾਈਆਂ ਦਾ, ਉਮੀਦ ਕਰਨੀ ਹੈ ਤੁਸੀਂ ਵੀ ਠੀਕ ਹੋ ਸੋ। ਅੱਲਾਹ ਪਾਕ ਦਾ ਸ਼ੁਕਰ ਹੈ ਅਸੀਂ ਬਿਲਕੁਲ ਠੀਕ ਹਾਂ। ਜਿੱਥੇ ਰਹੋ ਖੁਸ਼ ਰਹੋ, ਆਬਾਦ ਰਹੋ, ਹਮੇਸ਼ਾ ਹੱਸਦੇ ਅਤੇ ਮੁਸਕਰਾਉਂਦੇ ਰਹੋ। ਅੱਜ ਦਾ ਵਲੌਗ ਜਿਹੜਾ ਬਹੁਤ ਜ਼ਿਆਦਾ ਜ਼ਬਰਦਸਤ ਬਣਨ ਵਾਲਾ, ਕਿਉਂਕਿ ਅਸੀਂ ਜਿਹੜਾ ਨਾ ਸੁਬਹਾ ਸੁਬਹਾ ਨਾਸ਼ਤਾ ਬਣਾਉਣ ਲੱਗਿਆ। ਮੈਂ ਕਿਹਾ ਸੁਬਹਾ ਸੁਬਹਾ ਭੁੱਖ ਹੁੰਦੀ ਕੋਈ ਨਹੀਂ, ਅਤੇ ਦੁਪਹਿਰ ਨੂੰ ਰੋਟੀਆਂ ਪਕਾ ਲਵਾਂਗੇ, ਅਤੇ ਮੈਂ ਹੁਣ ਪਕਾਉਣ ਲੱਗੀ ਹਾਂ ਚਾਹ, ਅਤੇ ਮੈਂ ਭੈਣ ਭਾਈਆਂ ਨਾਲ ਸ਼ੇਅਰ ਕਰਨੀ ਆ। ਅਤੇ ਬੱਗੀ ਜਿਹੜੀ ਸੁਬਹਾ ਸੁਬਹਾ ਉੱਠ ਆਈ ਹੈ, ਅਤੇ ਸ਼ੇਰ ਜਾਨ ਉਹਦੀ ਜਿਹੜੇ ਨੇ ਸਾਰੇ ਸੁੱਤੇ ਪਏ, ਅਤੇ ਉਹ ਹੀ ਉੱਠ ਜਾਂਦੇ ਹਨ, ਅਤੇ ਉਹਨਾਂ ਨੂੰ ਨਾਸ਼ਤਾ ਦਿੰਦੇ ਹਾਂ। ਅਤੇ ਬੱਗੀ ਜਿਹੜੀ ਸੁਬਹਾ ਸੁਬਹਾ ਨਾਸ਼ਤੇ ਲਈ ਆ ਗਈ ਹੈ ਚੁੱਲ੍ਹੇ 'ਤੇ, ਕਿਚਨ 'ਤੇ, ਅਤੇ ਹੁਣ ਜਿਹੜਾ ਨਾ ਮੈਂ ਨਾਸ਼ਤਾ ਬਣਾ ਲੈਂਦੀ ਹਾਂ, ਨਾਲ ਦੇ ਨਾਲ ਅੱਗ ਬਾਲ ਲੈਂਦੀ। ਹਾਂਜੀ ਜੀ, ਅਤੇ ਹੁਣ ਜਿਹੜਾ ਨਾ ਹੁਣ ਮੈਂ ਜਲਦੀ ਨਾਲ ਬਾਲ ਲੈਂਦੀ ਹਾਂ ਅੱਗ, ਅੱਗ ਬਾਲ ਕੇ ਅਤੇ ਚਾਹ ਪਕਾ ਲੈਂਦੀ ਹਾਂ, ਨਾਲ ਦਾ ਨਾਲ ਸ਼ੇਰ ਜਾਣ ਦਾ ਦੁੱਧ ਪਾ ਲੈਂਦੇ। ਹਾਂਜੀ ਜੀ, ਅਤੇ ਮਾਸ਼ਾਅੱਲਾ ਅੱਧਾ ਕਿਲੋ ਲੈ ਆਉਂਦੀ ਹੈ ਚੀਨੀ, ਇੰਨੇ ਸਾਰੇ ਲੈ ਆਉਂਦੀ, ਅਤੇ ਇੱਕ ਪੱਤੀ ਲਿਆਉਂਦੀ ਹੈ, ਅਤੇ ਆਹ ਰਸ ਲਿਆਉਂਦੇ ਹਾਂ, ਕਿਉਂਕਿ ਬੱਗੀ ਉਹਦੀ ਖਾ ਲਈ ਜਾਣਾ ਸੀ ਜਿਹੜੀ ਹੈ ਨਾ ਚਾਹ ਪੀ ਕੇ ਸਾਥ। ਇਹ ਜਿਹੜਾ ਇਹਦੇ 'ਚ ਦੁੱਧ ਹੈਗਾ, ਅਤੇ ਇਹਦੇ ਸ਼ੇਰ ਜਾਣ ਕਰਨ ਰੱਖ ਲੈਂਦੇ ਹਾਂ, ਅਤੇ ਚਾਹ ਪਕਾ ਲੈਂਦੇ ਹਾਂ। ਹਾਂ, ਅਤੇ ਇਹਨੂੰ ਉਬਾਲਾ ਦਿਵਾ ਲੈਂਦੇ ਹਾਂ, ਵਿੱਚ ਸ਼ੇਰ ਜਾਣ ਕਰਨ ਕੱਢ ਲਈ ਸਾਂ, ਅਤੇ ਫਿਰ ਜਿਹੜਾ ਬਾਕੀ ਦੀ ਚਾਹ ਪਕਾ ਲਈ ਸਾਂ। ਅਤੇ ਸਾਡੇ ਨਾਲ ਨਾਲ ਰਹਿਣਾ, ਅਤੇ ਅਸੀਂ ਹੁਣ ਜਿਹੜਾ ਨਾ ਨਾਸ਼ਤਾ ਵੀ ਤੁਹਾਡੇ ਨਾਲ ਸ਼ੇਅਰ ਕਰ ਸਾਂ, ਅਤੇ ਪੱਤੀ ਰੱਖ ਨਹੀਂ। ਹਾਂਜੀ ਜੀ, ਅਤੇ ਮਾਸ਼ਾਅੱਲਾ ਜਿਹੜੇ ਹਨ ਹੋਰ ਅਸਾਂ ਨਾਸ਼ਤਾ ਕਰਨਾ, ਕੱਲ੍ਹ ਬਾਈ ਜਹਾਜ਼ ਉਹਨਾਂ ਡੇਗਾ ਕੀਤੀਆਂ ਸੀ, ਅਤੇ ਉਹਨਾਂ ਗੱਲਾਂ ਨੂੰ ਚਾਹਵਾਂ, ਅਤੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਨੇ ਆ। ਅਤੇ ਮੈਂ ਆਖਿਆ ਜਿਹੜਾ ਰਾਤ ਨੂੰ ਸਾਲਣ ਪਕਾਇਆ ਸੀ ਉਹ ਉੱਤੇ ਪਾ ਕੇ, ਅਤੇ ਬੜਾ ਮਜ਼ੇਦਾਰ ਨਾਸ਼ਤਾ ਹੋ ਗਿਆ ਸੀ। ਅਤੇ ਆਹ ਬਾਈ ਜਹਾਜ਼ ਉਹਦਾ ਚਾਵਲ ਗੱਲੇ ਹਨ, ਅਤੇ ਉਹ ਜਿਹੜੇ ਨਾ ਸਾਲਣ ਉੱਤੇ ਪਾ ਕੇ, ਅਤੇ ਅਸੀਂ ਨਾਸ਼ਤਾ ਕਰ ਲਵਾਂਗੇ, ਅਤੇ ਰਸਾਂ ਦਾ ਬੱਗੀ ਅਤੇ ਛੱਗੀ ਉਹਦੀ ਕਰ ਲਈ ਸੀ। ਅਤੇ ਹੁਣ ਜਿਹੜਾ ਨਾ ਤੁਹਾਡੇ ਨਾਲ ਸ਼ੇਅਰ ਕਰਨੇ ਆ ਕਿ ਮਾਸ਼ਾਅੱਲਾ ਜਿਹੜਾ ਸ਼ੇਅਰ ਜਾਨ ਹੈ ਉਹ ਸੁੱਤਾ ਪਿਆ, ਸ਼ੇਅਰ ਜਾਨ ਹੀ ਸੁੱਤਾ ਪਿਆ, ਅਤੇ ਛੱਗੀ ਵੀ ਸੁੱਤੀ ਪਈ ਹੈ, ਅਤੇ ਚੱਲਦੇ ਹਾਂ ਨਾਸ਼ਤਾ ਬਣਾਉਂਦੇ ਹਾਂ, ਅਤੇ ਤੁਸੀਂ ਸਾਡੇ ਨਾਲ ਨਾਲ ਰਹਿਣਾ। ਅਤੇ ਮਾਸ਼ਾਅੱਲਾ ਜਿਹੜਾ ਦੁੱਧ ਹੈ ਉਹ ਉਬਾਲੇ ਖਾਣ ਲੱਗ ਪਾਉਂਦਾ। ਅਤੇ ਹਾਂਜੀ ਜੀ, ਅਤੇ ਇਹ ਸਾਡੀ ਜਿਹੜੀ ਹੈ ਮਾਸ਼ਾਅੱਲਾ ਪਿਛਲੀ ਸਾਈਡ ਦੀਵਾਰ ਦੇ ਮਗਰਲੇ ਪਾਸੇ, ਮਾਸ਼ਾਅੱਲਾ ਉਹ ਜਿਹੜੀ ਹੈ ਉਹ ਕਪਾਹ ਹੈਗੀ, ਦੇਖੋ ਜੀ ਕਪਾਹ ਹੈਗੀ, ਕਿਉਂਕਿ ਅਜੀ ਖਿੜੀ ਨਹੀਂ ਹੈ, ਅਤੇ ਫਿਰ ਜਿਹੜਾ ਇਨਸ਼ਾਅੱਲਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਸਾਂ। ਆਹ ਜੀ ਕਹੂਆ ਜਿਹੜਾ ਇਹ ਫਸਲ 'ਚ ਆਇਆ ਬੇਟਾ। ਹਾਂਜੀ
ਹਾਂਜੀ ਜੀ, ਤੇ ਮਾਸ਼ਾਅੱਲਾ ਸ਼ੇਰ ਜਾਨ ਕਰਨ ਜਿਹੜਾ ਦੁੱਧ ਕੱਢ ਲਿਆ ਤੇ ਹੁਣ ਜਿਹੜਾ ਪਿਛਲੇ ਚ ਚਾਹ ਪਕਾ ਛੱਡਿਆ ਦੁੱਧ ਰੱਖ ਲਿਆ, ਕਿਉਂ ਬੱਗੇ? ਭੈਣ ਭਾਈਆਂ ਨਾਲ ਸਲਾਮ ਲਾ, ਸਲਾਮ ਹਾਂਜੀ ਜੀ, ਤੇ ਬੱਗੀ ਜਿਹੜੀ ਆ ਸਾਰੇ ਭੈਣ ਭਾਈਆਂ ਵਾਸਤੇ ਦੁਆ ਕਰ ਰਹੀ ਕਿ ਅੱਲਾ ਸਾਰਿਆਂ ਨੂੰ ਖੁਸ਼ੀਆਂ ਹੀ ਖੁਸ਼ੀਆਂ ਦੇਵੇ ਤੇ ਕਾਮਯਾਬੀ ਹੀ ਦੇਵੇ ਤੇ ਅੱਲਾ ਸਾਰਿਆਂ ਨੂੰ ਖੁਸ਼ ਆਬਾਦ ਰੱਖੇ, ਕਿਉਂ ਬੱਗੀ? ਤੇ ਆ ਬੱਗੀ ਦੀ ਦੋਸਤ ਹੈ ਭਤੀਜਾ, ਹੈ ਬੱਗੀ? ਭਤੀਜਾ ਵੀ ਦੁਆ ਮੰਗਦੀ ਹੈ ਕਿ ਅੱਲਾ ਸੋਹਣਾ ਸਾਰੇ ਆਮ ਭੈਣ ਭਾਈਆਂ ਨੂੰ ਕਾਮਯਾਬੀਆਂ ਦੇਵੇ ਅਤੇ ਤੰਦਰੁਸਤੀਆਂ ਦੇਵੇ, ਬਿਮਾਰਾਂ ਨੂੰ ਸ਼ਫਾ ਦੇਵੇ ਅਤੇ ਅੱਲਾ ਪਾਕ ਸਾਰਿਆਂ ਦੇ ਹਾਲ 'ਤੇ ਰਹਿਮ ਕਰੇ। ਅਤੇ ਹੁਣ ਜਿਹੜਾ ਅਸੀਂ ਨਾਸ਼ਤਾ ਬਣਾ ਲੈਂਦੇ ਹਾਂ, ਨਾਸ਼ਤਾ ਬਣਾ ਕੇ ਅਤੇ ਬੱਗੀ ਜਿਹੜੀ ਹੈ ਨਾਲ ਦਾ ਨਾਲ ਚਾਹ ਪਕਾਉਣ ਲੱਗ ਪਈ, ਕਿਉਂ ਬੱਗੀ? ਸ਼ੱਗੀ ਅਤੇ ਸ਼ੇਰ ਜਾਨ ਸੁੱਤੇ ਭੈਣ ਤੋਂ ਉੱਠਦੇ ਤਾਂ ਉਹਨਾਂ ਨੂੰ ਨਾਸ਼ਤਾ ਕਰਾਉਂਦੇ ਹਾਂ। ਅੱਛਾ, ਤੇ ਅੱਜ ਨਾਨੀ ਔਰ ਨਹੀਂ ਜਾਣਾ? ਅੱਛਾ ਜੀ, ਤੇ ਮਾਸ਼ਾਅੱਲਾ ਬੱਗੀ ਛੱਗੀ ਹੋਰੀ ਜਿਹੜੇ ਨਾਸ਼ਤਾ ਕਰ ਰਹੇ, ਛੱਗੀ ਔਰ ਆ ਜਾ ਤੂੰ ਹੀ ਨਾਸ਼ਤਾ ਕਰ ਲਾ। ਤੇ ਰਸ ਖਾ ਰਹੀ ਬੱਗੀ, ਕਿਉਂ ਬੱਗੀ ਨਾਸ਼ਤਾ ਕਰ ਰਹੀ? ਅਤੇ ਉਹਦੀ ਦੋਸਤ ਵੀ ਆ ਕੇ ਮੈਂ ਇਹ ਤੂੰ ਕਰਨਾ ਅਤੇ ਉਹ ਵੀ ਕਰ ਰਹੀ। ਅਤੇ ਹੁਣ ਜਿਹੜਾ ਹਾਂਜੀ ਜੀ, ਤੇ ਮਾਸ਼ਾਅੱਲਾ ਜਿਹੜੇ ਬੱਚੇ ਹਨ ਪੂਰੇ ਹੋ ਗਏ, ਸ਼ੇਰਜਾਨ ਵੀ ਆ ਗਿਆ ਅਤੇ ਛੱਗੀ ਵੀ ਆ ਗਈ। ਅਤੇ ਹੁਣ ਜਿਹੜਾ ਅਸੀਂ ਨਾਸ਼ਤਾ ਕਰਨ ਲੱਗੇ ਹਾਂ, ਜਿਹੜੇ ਭਾਈ ਜਹਾਜ਼ ਚਾਵਲ ਦਿੰਦੇ ਨੇ ਉਹ ਵਾਲੇ ਜਿਹੜੇ ਉਹ ਖਾਵਣ ਲੱਗੇ ਹਾਂ। ਅਤੇ ਜਿਹਨਾਂ ਭੈਣ ਭਾਈਆਂ ਨੇ ਸਾਡੇ ਨਾਲ ਨਾਸ਼ਤਾ ਕਰਨਾ ਉਹ ਕਰ ਸਕਦੇ, ਅਤੇ ਅਸੀਂ ਹੁਣ ਕਰ ਲੈਂਦੇ ਹਾਂ ਨਾਸ਼ਤਾ। ਬੱਗੀ ਕਰ ਰਹੀ ਸ਼ੇਰਜਾਨ ਹੀ ਆ ਗਿਆ, ਵੇਖੋ ਜੀ ਸ਼ੇਰਜਾਨ। ਸ਼ੇਰਜਾਨ ਕੀ ਕਰਦਾ ਨਾਸ਼ਤਾ? ਚੰਗੀ ਤੂੰ ਕੀ ਕਰੂੰ? ਮੈਂ ਬੜੀ ਖੁਸ਼ ਹਾਂ ਭੈਣ, ਸ਼ੇਰਜਾਨ ਕੋਈ ਨਹੀਂ ਟੁੱਟਦਾ। ਅਤੇ ਹੁਣ ਜਿਹੜਾ ਨਾ ਥੋੜ੍ਹਾ ਥੋੜ੍ਹਾ ਪੈਰ ਦੇਵੇ ਲੱਗ ਪਿਆ, ਅਤੇ ਹੁਣ ਅਸੀਂ ਜਿਹੜਾ ਨਾ ਗੁਗੜੀਆਂ ਵੰਡ ਸਾਂ, ਅਤੇ ਮਾਸ਼ਾਅੱਲਾ ਸ਼ੇਰਜਾਨ ਬਹੁਤ ਖੁਸ਼ ਹੈ। ਹਾਂਜੀ, ਕੀ ਕਰ ਰਹੇ ਹੋ? ਕੇ ਇਸ਼ਾਦਾ ਚਾਹ ਦਾ? ਹਾਂਜੀ ਜੀ, ਤੇ ਮਾਸ਼ਾਅੱਲਾ ਅਸੀਂ ਚੱਲੇ ਹਾਂ ਬਾਹਰ, ਮੈਂ ਕਿਹਾ ਭੈਣ ਭਾਈਆਂ ਨੇ ਸ਼ੇਅਰ ਕਰ ਲਵੀਏ, ਨਾਲੇ ਕੱਪੜੇ ਵੇਚੇ ਹੋਏ ਹਨ ਉਦੋਂ ਪੈਸੇ ਲੈਣੇ, ਤੇ ਮੈਂ ਕਿਹਾ ਜਲਦੀ ਨਾਲ ਆ ਉਹਨੇ ਨਾਲੇ ਭੈਣ ਭਾਈਆਂ ਨਾਲ ਵੀ ਵਲੌਗ ਸ਼ੇਅਰ ਕਰਨੇ। ਹਾਂਜੀ ਜੀ, ਹਾਂਜੀ ਹਾਂਜੀ, ਬਾਹਰ ਬੋਲ ਮੈਂ ਸਕੂਟਰ ਤੇ ਲਾ ਦੇ ਲੈਣੇ। ਹਾਂਜੀ ਆਪਾਂ ਚੱਲੀਏ, ਤੈਨੂੰ ਉੱਥੇ ਪੈਸੇ ਲਿਆ ਦੇਈ, ਫਿਰ ਮੈਂ ਚੱਲਣਾ ਦੁਕਾਨ ਤੇ। ਹਾਂਜੀ ਚਲੋ ਜੀ, ਅਸੀਂ ਚੱਲੇ ਹਾਂ, ਇਨਸ਼ਾਅੱਲਾ ਤੁਸੀਂ ਸਾਡੇ ਨਾਲ ਰਹਿ ਲੈ। ਹਾਂਜੀ ਜੀ, ਮਾਸ਼ਾਅੱਲਾ ਜਿਹੜਾ ਸਾਂ, ਤਾਂ ਮਾਸ਼ਾਅੱਲਾ ਜਿਹੜੇ ਉਹ ਅਗਲੇ ਘਰ ਹੈ ਨਾ ਉਹਨਾਂ ਨੂੰ ਪੈਸੇ ਲੈਣੇ, ਤਾਂ ਮੈਂ ਕਿਹਾ ਭੈਣ ਭਾਈਆਂ ਨਾਲ ਸ਼ੇਅਰ ਕਰ ਲਵੀਏ। ਬੱਚੇ ਵੀ ਹੈ ਮੋਟਰਸਾਈਕਲ 'ਤੇ ਅਸੀਂ ਵੀ ਹਾਂ, ਪੰਜ ਦਾ ਸ਼ੁਕਰ।
ਕਰ। ਅੱਲਾ ਜਿਹੜੇ ਆਲੇ ਰੱਖੇ ਅੱਲਾ ਦਾ ਇਹਸਾਨ। ਹਾਂਜੀ ਜੀ, ਤੇ ਮਾਸ਼ਾਅੱਲਾ ਜਿਹੜਾ ਪਿਛਲਾ ਟਾਈਮ ਹੋ ਗਿਆ ਤੇ ਮੈਂ ਤੇ ਥੋੜੀ ਸਫਾਈ ਕਰ ਲਈ ਤੇ ਬੱਗੀ ਔਰ ਜਿਹੜਾ ਪਾਪਾ ਹੈ ਨਾ ਉਹ ਪਿਵਾ ਲੈਂਦਾ ਆਟਾ ਤੇ ਨਾਲੇ ਫਲਾਂ ਦੇ ਇੱਥੇ ਤੇ ਬੱਕਰੀਆਂ ਲਈਆਂ ਬਈ ਜੈਸੇ ਨਾਲ ਸੂ ਪਈਆਂ ਇੱਕ ਫਲ ਉਹਨਾਂ ਦਾ ਇੱਕ ਸਾਡਾ ਬੱਕਰੀਆਂ ਵੀ ਲਾਇਆ ਹੁੰਦੇ ਹਾਂ ਤੇ ਉਹਨਾਂ ਕਣਕਾਂ ਵੀ ਲਾਇਆ ਹੁੰਦੇ ਹਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਨੇ ਆ ਤੇ ਮੈਂ ਜਿਹੜੀਆਂ ਮੈਂ ਝਾੜੂ ਲਾ ਲਵਾਂ ਭੈਣ ਭਾਈਆਂ ਨੂੰ ਸ਼ੇਅਰ ਕਰ ਲਵਾਂ ਤੇ ਦਾਣੇ ਜਿਹੜੇ ਕੱਢ ਦਿੱਤੇ ਤੇ ਮੈਂ ਆਖਿਆ ਚਲੋ ਆਟਾ ਵੀ ਪਵਾ ਲੈਂਦੀ ਹਾਂ ਸਾਰਾ ਕੰਮ ਕਰ ਲੈਂਦੀ ਹਾਂ ਬੱਗੀ ਸਬਜ਼ੀ ਰਨ ਗਈ ਉਹਨਾਂ ਨੇ ਕਿਹਾ ਸੀ ਆਹ ਸਾਰਾ ਕੰਮ ਕਰ ਲੈਂਦੀ ਤੇ ਮਾਸ਼ਾਅੱਲਾ ਜਿਹੜੇ ਸ਼ੇਅਰ ਜਾ ਨੇ ਉਹ ਵੀ ਟੁਰਨ ਲੱਗ ਪਿਆ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਹੈ ਇੱਧਰ ਵੇਖੋ ਮਾਸ਼ਾਅੱਲਾ 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 ਦੁਕਾਨ ਦੇ ਸੰਤ ਕੰਮ ਆ ਨਹੀਂ ਰਿਹਾ ਤੇ ਅੱਲਾ ਪਾਕ ਸੋਨਾ ਦੇਸੀ ਤੇ ਜਿਹੜਾ ਨਾ ਫਿਰ ਗੁਗਣੀਆਂ ਵੰਡਨੇ ਆ ਪਾਪਾ ਸੱਚਾ ਪਾਪਾ ਮਾਸ਼ਾਅੱਲਾ 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 ਸ਼ੇਰ ਜਾਨ ਟੋਲ ਪਿਆ ਮਾਸ਼ਾਅੱਲਾ ਮਾਸ਼ਾਅੱਲਾ ਆ ਜਾ